ਇਹ ਬੱਚਾ ਲਿਖਦਾ ਹੈ ਵੈ ਇੱਕ ਨਾਮਵਰ ਜ਼ਾਕਰ ਨੇ ਇਕਬਾਲ ਹੁਸੈਨ ਬੁਜਾੜ ਵਾਲਾ ਸਾਹਿਬ ਆਜ ਮਜਲਿਸ ਮੇਂ ਯੇ ਖਿਤਾਬ ਕਰਤੇ ਹੋਏ ਚੈਲੰਜ ਕੀਆ ਹੈ ਕਿ ਹਜ਼ਰਤ ਮੁਹੰਮਦ ਕੀ ਬੀਵੀ ਖਦੀਜਾ ਤੁਗਲ ਕੁਬਰਾ ਕੀ ਏਕ ਬੇਟੀ ਹੈ ਹਜ਼ਰਤ ਫਾਤਿਮਾ ਤੁਜ਼ਹਰਾ ਦੁਨੀਆ ਕਾ ਕੋਈ ਆਲਮੇ ਦੀਨ ਸਾਬਤ ਕਰਕੇ ਦਿਖਾ ਦੇ ਕਿ ਹਜ਼ੂਰ ਕੀ ਜ਼ੌਜਾ ਖਦੀਜਾ ਤੁਲ ਕੁਬਰਾ ਕੀ ਚਾਰ ਬੇਟੀਆਂ ਕੈਸੇ ਹੈ ਅੱਗੇ ਫਿਰ ਉਹਨਾਂ ਆਪਣੀ ਕੋ ਗੱਲ ਕੀਤੀ ਹੋਣੀ ਹੈ ਇਹ ਇਸ ਬੱਚੇ ਗੱਲ ਕੀਤੀ ਹੈ ਮੈਂ ਇਹਦਾ ਮੁਖਤਸਰ ਜਿਹਾ ਤੁਹਾਨੂੰ ਜਵਾਬ ਦੇ ਛੱਡਣਾ ਸਭ ਤੋਂ ਉੱਚੀ ਦਰਜੇ ਦੀ ਕਿਤਾਬ ਹੈ ਸ਼ੀਆਂ ਦੀ ਉਸੂਲੇ ਕਾਫੀ ਜੀ ਸਮਝ ਆਈ ਹੈ ਕਿ ਕੋਈ ਨਹੀਂ ਉਸ ਉਸੂਲੇ ਕਾਫੀ ਦੇ ਅੰਦਰ ਯਾਕੂਬ ਕੁਲੈਨੀ ਲਿਖਿਆ ਹੈ ਕਿ ਖਦੀਜਾ ਤੁਲ ਕੁਬਰਾ ਦੇ ਬਤਨ ਵਿੱਚੋਂ ਅੱਲਾ ਨੇ ਮੁਹੰਮਦ ਰਸੂਲ ਉੱਲਾ ਨੂੰ ਚਾਰ ਬੇਟੀਆਂ ਅਤਾ ਫਰਮਾਈਆਂ ਕਿਤਾਬ ਦਾ ਨਾਮ ਹੈ ਹਯਾਤੁਲ ਕਲੂਬ ਇਸ ਦਾ ਮੁਸੰਨਫ ਹੈ ਬਾਕਰ ਮਜਲਸੀ ਉਸਨੇ ਹਯਾਤੁਲ ਕਲੂਬ ਦੇ ਅੰਦਰ ਲਿਖਿਆ ਹੈ ਕਿ ਖਦੀਜਾ ਤੁਲ ਕੁਬਰਾ ਵਿੱਚੋਂ ਅੱਲਾ ਨੇ ਮੁਹੰਮਦ ਕਰੀਮ ਨੂੰ ਚਾਰ ਬੇਟੀਆਂ ਅਤਾ ਫਰਮਾਈਆਂ ਜੀ ਭਾਈਓ ਸਮਝ ਆਉਂਦੀ ਪਈ ਹੈ ਕੋਈ ਮੈਂ ਆਪਣੀ ਕਿਸੇ ਕਿਤਾਬ ਦਾ ਤਾਂ ਨਾਂ ਨਹੀਂ ਲੈਂਦਾ ਵੀ ਬੰਦਿਆਂ ਮੁੜ ਆਖਣਾ ਹੈ ਤੁਹਾਡੀਆਂ ਜੋ ਹੋਈਆਂ ਉਂਝ ਮੈਂ ਆਪ ਵੀ ਇਹਦੇ ਉੱਤੇ ਕਿਤਾਬ ਲਿਖੀ ਹੋਈ ਹੈ ਇਸ ਮੌਜੂ 'ਤੇ ਇਸ ਮਸਲੇ ਉੱਤੇ ਲੇਕਿਨ ਮੈਂ ਹੁਣ ਆਪਣੀ ਕਿਤਾਬ ਦਾ ਹਵਾਲਾ ਕੀ ਦਿਆਂ ਮੈਂ ਤਾਂ ਇਹੀ ਦੱਸਦਾ ਪਿਆ ਬਈ ਉਸੂਲੇ ਕਾਫੀ ਚੁੱਪ ਪੜ ਲਓ ਤਾਂ ਚਾਰ ਹੈ ਹਯਾਤੁਲ ਕਲੂਬ ਵੀ ਚੁੱਪ ਪੜਨਾ ਹੈ ਤਾਂ ਚਾਰ ਹੈ ਤਵੱਜੋ ਹੈ ਜਨਾਬ ਜੇ ਸੰਗੀਆਂ ਇਹ ਲਈਆਂ ਪੜ ਤੇ ਸਭ ਤੋਂ ਉੱਚੇ ਦਰਜੇ ਦੀ ਦਲੀਲ ਅਸੀਂ ਤੇ ਇਹ ਦਿੰਦੇ ਰਹਿੰਦੇ ਹਾਂ ਵੀ ਜਦੋਂ ਕੁਰਾਨ ਜਵਾਂਦਾ ਚਾਰ ਹੈ ਤਾਂ ਮੈਥੋਂ ਤੇ ਤੁਹਾਨੂੰ ਸਾਬਤ ਹੋਣ ਦੀ ਸਾਨੂੰ ਜ਼ਰੂਰਤ ਕਿਹੜੀ ਹੈ ਅੱਲਾ ਦਾ ਕੁਰਾਨ ਆਉਂਦਾ ਯਾ ਅਯੂਹ ਨਬੀਓ ਕੁੱਲ ਅਜ਼ਵਾਜਿਕਾ ਵ ਬਨਾਤਿਕਾ ਵ ਨਿਸਾ ਇਲ ਮੋਮਿਨੀਨ ਐ ਮਹਿਬੂਬ ਆਪਣੀਆਂ ਬੀਵੀਆਂ ਨੂੰ ਵੀ ਫਰਮਾ ਦਿਓ ਆਪਣੀਆਂ ਬੇਟੀਆਂ ਨੂੰ ਵੀ ਫਰਮਾ ਦਿਓ ਤਵੱਜੋ ਹੈ ਤੇ ਮੋਮਿਨਾਂ ਦੀਆਂ ਔਰਤਾਂ ਨੂੰ ਵੀ ਫਰਮਾ ਦਿਓ ਅਜ਼ੀਜ਼ ਤਵੱਜੋ ਕਰਦੇ ਪਿਓ ਅੱਲਾ ਸੋਹਣੇ ਨੇ ਪਾਕ ਕਲਾਮ ਵਿੱਚ ਫਰਮਾਇਆ ਹੈ ਯਾ ਅਯੂਹ ਨਬੀਓ ਕੁੱਲ ਲਿਅਜ਼ਵਾਜਿਕਾ ਮਹਿਬੂਬ ਫਰਮਾ ਦੀਜੀਏ ਆਪਣੀ ਬੀਵੀਆਂ ਸੇ ਅਜ਼ਵਾਜਿਕਾ ਦਾ ਤਰਜਮਾ ਬੀਵੀਆਂ ਅੱਗੇ ਆ ਗਿਆ ਵਾ ਬਨਾਤਿਕਾ ਔਰ ਆਪਣੀਆਂ ਬੇਟੀਆਂ ਇੱਕ ਗੱਲ ਸੁਣ ਲਓ ਉਰਦੂ ਵਿੱਚ ਯਾ ਵੈਦ ਹੁੰਦੀ ਹੈ ਅਤੇ ਯਾ ਜਮ੍ਹਾਂ ਹੁੰਦੀ ਹੈ ਅਰਬੀ 'ਚ ਇੰਝ ਨਹੀਂ ਹੁੰਦਾ ਅਰਬੀ 'ਚ ਇੱਕ ਹੁੰਦੀ ਹੈ ਵੈਦ ਇੱਕ ਵਾਸਤੇ ਫਿਰ ਹੁੰਦਾ ਤਸਨੀਆ ਦੋ ਵਾਸਤੇ ਫਿਰ ਤਸਨੀਆ ਦਾ ਸੀਗਾ ਆਉਂਦਾ ਜਮ੍ਹਾਂ ਦਾ ਨਹੀਂ ਆਉਂਦਾ ਜਿੱਥੇ ਇੱਕ ਤੋਂ ਦੋ ਹੋ ਜਾਣ ਮੁੜ ਵੀ ਜਮ੍ਹਾਂ ਨਹੀਂ ਆਉਂਦਾ ਉੱਥੇ ਆਉਂਦਾ ਤਸਨੀਆ ਦਾ ਸੀਗਾ ਯਾਨੀ ਦੋ ਅਤੇ ਜਿੱਥੇ ਦੋ ਤੋਂ ਉੱਤੇ ਹੋਣ ਉੱਥੇ ਸੀਗਾ ਆਉਂਦਾ ਜਮ੍ਹਾਂ ਦਾ ਇੱਥੇ ਹੁਣ ਦੋ ਦਾ ਵੀ ਨਹੀਂ ਆਇਆ ਵਾਹਿਦ ਦਾ ਵੀ ਨਹੀਂ ਆਇਆ ਭਾਈ ਆ ਜੇ ਹਜ਼ੂਰ ਦੀ ਬੇਟੀ ਇੱਕ ਹੀ ਤੇ ਮੁੜ ਅਸੀਂ ਸੁਣੀ ਇਕੱਲੇ ਨੂੰ ਭੁੱਲੇ ਮੁੜ ਕੁਰਾਨ 'ਚ ਵੀ ਲਿਖਣ ਵਾਲੇ ਭੁੱਲੇ ਹੋਏ ਹੋਣੇ ਨਹੀਂ ਅਤੇ ਜੇ ਇੰਝ ਆਖਣਾ ਕੁਫਰ ਹੈ ਬਾ ਕੁਰਾਨ ਵਾਲਾ ਨਹੀਂ ਭੁੱਲਿਆ ਤੇ ਮੁੜ ਸਮਝ ਜਾ ਮੰਨਣ ਵਾਲੇ ਵੀ ਨਹੀਂ ਭੁੱਲੇ ਕੁਰਾਨ ਜੋ ਚਾਰ ਪਿਆਂਦੇ ਸਨ ਕਿਉਂ ਨਾ ਮੰਨਣ ਦਿੰਦਾ ਭਾਈ ਸਮਝ ਆਈਏ ਕੋਈ ਨਾ ਜਿਹੜੀ ਗੱਲ ਮੈਂ ਅੱਗੇ ਪਈ ਉਹ ਤੇ ਦੱਸਦਾ ਬਾ ਜਿਹੜੀ ਕੁਰਾਨ 'ਚ ਆ ਜਾਏ ਉਹਨੂੰ ਦੂਜੀਆਂ ਥਾਵਾਂ ਤੋਂ ਵੇਖਣ ਦੀ ਲੋੜ ਕਿਹੜੀ ਹੈ ਸਮਝ ਆਈ ਜੇ ਕੋਈ ਨਾ ਇਹਦਾ ਜਵਾਬ ਬੰਦਿਆਂ ਨੂੰ ਕੋਈ ਨਹੀਂ ਆਉਂਦਾ ਜਦੋਂ ਇਹ ਪੁੱਛੀਦਾ ਬਾ ਬਨਾ ਤੇ ਕਹਦਾ ਮਾਨਾ ਤਾਂ ਕਰੋ ਚਾ ਤੂੰ ਆਉਂਦੇ ਨੇ ਬੇਟੀਆਂ ਹੀ ਹੈ ਲੇਕਿਨ ਇੱਕ ਕੋਈ ਸਮਝ ਆਈਏ ਕੋਈ ਨਾ ਬਈ ਬਨਾਤਿਕਾ ਕਿਸੇ ਮੇਰੀ ਛੱਡ ਦਿਓ ਤੁਸੀਂ ਮੈਨੂੰ ਛੱਡ ਦਿਓ ਇਹ ਜਿਹੜੇ ਬੰਦੇ ਬੈਠੇ ਹੋ ਤੁਸੀਂ ਸਵੇਰੇ ਲੱਗੇ ਜਾਓ ਅਤੇ ਕੋਈ ਬੰਦਾ ਡੂਡੋ ਸਰਗੋ ਦੇ ਚੂ ਜਿਸ ਬੰਦੇ ਨੂੰ ਸ਼ੀਆ ਸੁੰਨੀ ਦਾ ਪਤਾ ਹੀ ਕੋਈ ਨਾ ਹੋਵੇ ਅਰਬੀ ਦਾ ਪਤਾ ਹੋ ਉਹਨਾਂ ਆਖੋ ਬਈ ਯਾਰ ਇੱਕ ਐਦ ਦਾ ਤਰਜਮਾ ਕਰਨਾ ਹੈ ਅਤੇ ਇਮਾਨ ਕੁਰਾਨ ਨਾਲ ਕਰੀ ਸਨ ਮੌਲਵੀਆਂ ਬੜੇ ਰੋਲੇ ਪਾਇਆ ਆ ਐ ਤੇ ਕੁਰਾਨ ਦੀ ਯਾ ਯੂਹ ਨਬੀਓ ਕੁੱਲ ਅਜ਼ਵਾਜਿਕਾ ਵ ਬਨਾਤਿਕਾ ਵ ਨਿਸਾਇਲ ਮੋਮਿਨੀਨ ਇਹ ਜਿਹੜਾ ਬਨਾਤਿਕਾ ਦਾ ਇਹਦਾ ਸਨ ਤਰਜਮਾ ਤੇ ਕਰ ਦੇ ਜੇ ਉਹ ਕਰੇ ਬੇਟੀ ਤੇ ਮੁੜ ਉੱਥੇ ਹੀ ਤੁਸੀਂ ਸਨ ਆਖ ਛੱਡਿਆ ਤੁਸੀਂ ਗਲਤ ਗੱਲ ਕਰ ਲਿਓ
تے جو آکھے جی اندہ ترجمہ بیٹیاں تو موڑ سن ان کی آن دیو بندیاں دا علاج ہونا لے عزیزان من حضور دیاں چار چھڑ کے سو دیوی اندی تے بندیاں پرابلم کوئی نہ یونی میں دو نسل گال دس جان جیس تو پرابلم ہے مثال دینا میرے کو دا دیاں بھی انتے کسن کیے میرے کو ایک کے تتاں کسن کیے میرے کو دس دیاں نے میریاں پانچ نے میریاں چھے نے تو ان کسن کو پرابلم ہے تو اڈے چکی سے دیاں چار نے پانچ نے من کی مسئلہ ہے آخر اس گل دا بندے اڈا روڑا کیوں پیندن بن نہیں حضور دی ایک کے آخر یہ روڑا کیے اس روڑے دی وجہ کیے کیوں بندے انجان دین پتہ ہے کیوں آن دین جے منیے نا چار تے جنہ نا حضور دوجیاں ترائے دیتیاں نا انہاں نے مننا پوندہ ہے اور سمجھ آئیے گل دی کہ کوئی نا جے اسی علی نال پیار کرنے آبئی ہے فاطمہ دے شوہر نے تے جڑے رکیہ تے ام کلسوم دے شوہر نے عثمان غنی مڑو انہاں نے مننا پیانا تے بندے آن دینے مڈو مقدمے تو ہی بہ جاؤ کھا بہ ہے ہی کوئی نا جی سمجھ آئی کوئی نا بجے دیاں مان لئیے تو مڑتے عثمان غنی نے مننا پیا عثمان غنی نے مننا پیا تو مڑ جڑے ہو سے تو پیڑا عمر آئے انہوں میں مننا پیا ابو بکر مڑتے سارا روڑا ہی موک جاندہ ہے اہیں تھو بے جاؤ وکیل مڑ پوائنٹ پھت دینا انہاں کہ ایس پوائنٹ تو مڑ جاؤ لیکن دا یہ کو نہیں پتا بیدا نقصان کتنا ہے کہ نبی سرکار دیاں دیاں دا انکار کرنا میرے نبی سرکار نو اپنیاں ساریاں دیاں نالی پیارے ایک گل وکھری ہے اولاد ہی چوکی سے نال پیار بڑا ہوتا ہے کہ ان میں دوجی گل پیدا سنا جو سا کیا با میں چیلنج کرنا ہے تے اساں چیلنج آلے انتا جانی کدی نہیں دیتا جتھے کسی دا دل کردہ ہوئے تے جدو دل کردہ ہوئے کارا ساڑا ہے ہی کوئی نہ جتھے دل لے پیڑ پالا ہوئے چیلنج قبول ہے سمجھ آئیے کوئی نہ حضور دیا بیٹیاں آلے سنت عقید قرآن حدیث چار آئیاں نے جس ماں دے پتر نے نو مہینے پورے دودھ پیتا ہے جتھے دل سو ساڑے نال پیڑ پالا ہے لدو جی نال گال لے جڑی وارا ہوئے وہ کھا لے جڑی کسی نوارا ہوئے وہ کر لے ساڑے لو دو میں پہی آنے تو میں اندہ روزے تھے ساڑا تے بڑی علاقہ جو ہے میرا تے اپنا علاقہ میں اگے ہی روزے تھے انہاں بلکل کدھا ہی صدن دی لوڑ نہیں کدھا ہی جان دی لوڑ نہیں جس سن چیلنج کرے اسی ادھا چیلنج قبول کرنے آجی تھے پیڑ پانا سٹیم دس سے چاہے باس گل بکی